ਪਹਿਲਾਂ ਤੁਹਾਨੂੰ ਸੁਣਾਇਆ ਗਾਣਾ, ਹੁਣ ਗੱਲ ਕਰਾਵਾਂਗੇ ਰੰਧਾਵੇ ਬਾਈ ਨਾਲ। ਬਾਈ ਕੀ ਹਾਲ ਚਾਲ? ਵਧੀਆ ਜੀ। ਕੀ ਮਾਹੌਲ ਹੈ? ਮਾਹੌਲ ਓਕੇ ਹੈ ਜੀ। ਕਿੰਨੀ ਵੋਟਾਂ ਪੈਂਦੀਆਂ? ਪੂਰੇ ਡਾਣੇ ਭੰਨ ਹਨੇਰੀ ਚੱਲ ਰਹੀ ਹੈ ਇੱਥੇ ਲੱਖੇ ਬਾਈ ਦੀ, ਲੱਖਾਂ ਲੱਖਾਂ ਹੋਈ ਪਈ ਹੈ। ਕਿਹਦੇ ਖਿਲਾਫ ਹੈ ਸਹੀ ਇਲੈਕਸ਼ਨ ਲੱਖੇ ਦਾ? ਇਲੈਕਸ਼ਨ ਲੱਖਾ ਲੜ ਹੀ ਨਹੀਂ ਰਿਹਾ, ਲੋਕ ਲੜ ਰਹੇ ਆ ਨਸ਼ਿਆਂ ਖਿਲਾਫ, ਜੋ ਵੀ ਪੰਜਾਬ ਦੇ ਹੋਰ ਮੁੱਦੇ ਆ, ਪਾਣੀ, ਬੋਲੀ। ਲੋਕ ਇੰਨੇ ਦੁਖੀ ਹੋ ਗਏ ਨਾ ਤਿੰਨਾਂ ਸਰਕਾਰਾਂ ਤੋਂ, ਲੋਕ ਅੱਜ ਇਹ ਸੋਚਦੇ ਆ ਵੀ ਲੱਖੇ ਨੂੰ ਮੌਕਾ ਦੇ ਦੇਣਾ ਆਪਣਾ ਸਰਨਾ ਨਹੀਂ। ਲੋਕ ਤਾਂ ਕਹਿੰਦੇ ਯਾਰ ਗੈਂਗਸਟਰ ਅਸੀਂ ਪਾਉਂਦੇ ਵੋਟਾਂ, ਉਹ ਤਾਂ ਲੋਕ ਉਹ ਕਿਹੜਾ ਅੱਜ ਦਾ ਕਹਿੰਦੇ ਆ, ਨਾਲੇ ਲੋਕ ਨਹੀਂ ਕਹਿ ਰਹੇ, ਉਹ ਲੀਡਰਾਂ ਨਹੀਂ ਬਣਾਏ ਸੀ ਅਤੇ ਲੀਡਰ ਹੀ ਕਹਿ ਰਹੇ ਆ, ਲੋਕ ਨਹੀਂ ਕਹਿ ਰਹੇ। ਜੇ ਗੱਲ ਹੋਵੇ ਤਾਂ ਫਿਰ ਤੁਸੀਂ ਉਹਦੇ ਮਾਨਸਾ ਵੀ ਰਿਕਾਰਡ ਟੁੱਟਦੇ ਦੇਖਿਆ ਰੋਡ ਸ਼ੋਅ ਦੇ, ਅਤੇ ਅੱਜ ਵੀ ਟੁੱਟਦੇ ਦੇਖ ਲਓ। ਗੈਂਗਸਟਰਾਂ ਪਿੱਛੇ ਲੋਕ ਐਂ ਜਾਂਦੇ ਹੁੰਦੇ ਆ ਜਿਵੇਂ ਆਉਂਦਾ ਇਕੱਠ, ਸਭ ਲੋਕਾਂ ਨੂੰ ਪਤਾ ਵੀ ਕਿਹਨੇ ਬਣਾਏ ਸੀ, ਕਿਉਂ ਕਹਿੰਦੇ ਆ, ਸਾਰਾ ਪਤਾ ਹੈਗਾ, ਉਹ ਆਪਾਂ ਨੂੰ ਕਹਿਣ ਦੀ ਲੋੜ ਨਹੀਂ। ਹੁਣ ਆਪਣੇ ਪੰਜਾਬ ਦਾ ਯੂਥ ਤਾਂ ਇਹੀ ਕਹਿੰਦਾ ਨਾ ਕਿ ਯਾਰ ਸਾਨੂੰ ਤਾਂ ਬੰਦਾ ਚਾਹੀਦਾ ਜਿਹੜਾ ਸਾਡੇ ਨਾਲ ਖੜੇ, ਗੈਂਗਸਟਰ ਦੇ ਨਾਲ ਖੜੂ। ਇਹਦਾ ਮਤਲਬ ਫਿਰ ਗੈਂਗਸਟਰ ਨੂੰ ਵੋਟਾਂ ਪਈ ਜਾਂਦੀਆਂ? ਇਹ ਤਾਂ ਗੱਲ ਹੀ ਨਹੀਂ ਬਾਈ, ਯੂਥ ਇਹ ਸੋਚ ਰਿਹਾ ਹੈਗਾ ਵੀ ਜਿਹੜਾ ਬੰਦਾ ਮੂਹਰੇ ਆ ਉਹ ਤੱਕੜਾ, ਜਿਵੇਂ ਤੁਸੀਂ ਕਹਿੰਦੇ ਵੀ ਨਾਲ ਖੜੂਗਾ, ਵੀ ਉਹ ਬੰਦਾ ਜਦੋਂ ਵੀ ਕੋਈ ਦੁੱਖ ਸੁੱਖ ਆ ਬਿਨ ਹਾਰਨ ਜਿੱਤਣ ਤੋਂ ਇੱਕ ਵਾਜ 'ਤੇ ਸਾਡੇ ਨਾਲ ਆਉਂਦਾ, ਹੜ ਆ ਜਾਣ ਉੱਥੇ ਵੀ ਲੱਖਾ, ਕਿਸੇ ਨੂੰ ਅੱਧੀ ਰਾਤ ਕੋਈ ਪੁਲਿਸ ਤੰਗ ਕਰਦੀ ਆ ਉੱਥੇ ਵੀ ਲੱਖਾ, ਕੋਈ ਬੋਲੀ ਦਾ ਰੌਲਾ ਪੈ ਗਿਆ ਸਕੂਲ 'ਚ ਉੱਥੇ ਵੀ ਲੱਖਾ, ਲੋਕਾਂ ਨੂੰ ਰਾਹ ਹੀ ਲੱਖਾ ਦੀਦਾ। ਜਦੋਂ ਵੀ ਕੋਈ ਮੁਸੀਬਤ ਪੈਂਦੀ ਆ ਲੀਡਰ ਤਾਂ ਜਿੱਤ ਕੇ ਪਤਾ ਨਹੀਂ ਕਿੱਧਰ ਨੂੰ ਲੰਘ ਜਾਂਦੇ ਆ, ਲੱਖਾ ਉੱਥੇ ਪਿੰਡ ਦਰਖਤ ਲਾਉਂਦਾ ਫਿਰਦਾ, ਅਗਲਾ ਜਾ ਕੇ ਲੱਖੇ ਦੀਆਂ ਬਾਂਹ ਫੜ ਲੈਂਦਾ ਵੀ ਸਾਡੇ ਤਾਂ ਮੁਸੀਬਤਾਂ ਖੜ ਨਾਲ, ਲੱਖਾ ਖੜਦਾ ਗਾ। ਹੁਣ ਇੱਕ ਗੱਲ ਹੋਰ ਦੱਸੋ, ਸਾਰਾ ਵੱਡਾ ਜਿਹੜਾ ਰੋਲ ਹੈ ਰਾਣਾ ਸਾਹਿਬ ਦਾ, ਵੱਡਾ ਰੋਲ ਹੈ ਕਿ ਬਾਈ ਸਿੱਖਾਂ ਦੀ ਗੱਲ ਲੱਖਾ ਕਰਦਾ, ਠੀਕ ਹੈ, ਹਿੰਦੂ ਵੋਟ ਨਹੀਂ ਪਊਗੀ ਇਹਦਾ ਕੀ? ਹਿੰਦੂ ਵੋਟ ਕਿੱਥੇ ਆ ਮੁੰਡਾ ਉਹ, ਬਾਈ ਕਿੱਥੇ ਆ ਉਹ, ਕਿੱਧਰ ਗਿਆ? ਇੱਕ ਮਿੰਟ ਖੜ ਬਾਈ, ਹਾਂ ਕੋਈ ਨਹੀਂ, ਹਾਂ ਇੱਧਰੋਂ ਕੱਟ ਲਾ, ਆਹ ਮੈਂ ਕਿਤੇ ਨਹੀਂ ਚੱਲਦਾ, ਕੋਈ ਨਾ ਕੋਈ ਨਹੀਂ ਕੋਈ ਨਹੀਂ, ਟੈਨਸ਼ਨ ਬਾਈ ਕੀ ਆ? ਠੀਕ ਹੈ ਠੀਕ ਹੈ ਵੀਰੇ, ਦੋ ਮਿੰਟ ਤੂੰ ਚਲਾ ਦੇ, ਕੱਟ ਜਾ ਮੈਨੂੰ। ਪਤਾ ਕੀ ਆ, ਇੱਥੇ ਸੀ ਮੁੰਡਾ ਉਹ ਖੜਾ ਸੀਗਾ, ਉਹ ਕਹਿੰਦਾ ਅੱਜ ਮੈਂ ਘੱਟੋ ਘੱਟ ਸਟਾਰਟ ਘੱਟੋ ਘੱਟ ਕਹਿੰਦਾ ਮੈਂ ਅੱਜ 50 ਇੰਟਰਵਿਊਆਂ ਕਰੂੰ, ਇੱਥੇ ਸੀ ਮੁੰਡਾ ਸਾਰਿਆਂ ਦੇ ਸਾਹਮਣੇ ਖੜਾ ਸੀਗਾ, 17 ਲੱਖ ਰੁਪਈਆ ਉਹਦਾ ਲੱਖੇ ਨੇ ਕਢਾ ਕੇ ਦਿੱਤਾ, ਕੱਲ੍ਹ ਲੱਖੇ ਨੂੰ ਆਪਦੀ ਗੱਡੀ 'ਚ ਚੜ੍ਹਾ ਕੇ ਮੌੜ ਸ਼ਹਿਰ 'ਚ ਉਹਨੇ ਗੇੜਾ ਦਵਾਇਆ ਹਿੰਦੂਆਂ 'ਚ। ਜਦੋਂ ਇੱਥੇ ਮੁੰਡਾ ਮਰ ਗਿਆ ਸੀਗਾ ਪਿੱਛੇ, ਜੇ ਤੁਸੀਂ ਵੀ ਸੀ ਬਠਿੰਡੇ, ਉੱਥੇ ਹਿੰਦੂਆਂ ਨਾਲ ਧਰਨੇ 'ਤੇ ਕੌਣ ਪਹੁੰਚਿਆ ਸੀ? ਗੱਲ ਇੱਥੇ ਹਿੰਦੂ ਸਿੱਖ ਦੀ ਨਹੀਂ ਹੋ ਰਹੀ, ਗੱਲ ਇਹ ਹੋ ਰਹੀ ਵੀ ਜਿਹੜਾ ਸਾਡੇ ਲਈ ਲੜ ਰਿਹਾ, ਸਾਡੇ ਮੁੱਦੇ ਚੱਕ ਰਿਹਾ, ਉਹ ਹਿੰਦੂ ਆ ਸਿੱਖ ਆ ਜਿਹੜਾ ਵੀ ਦੁਖੀ ਆ ਲੱਖਾਂ ਨਾਲ ਖੜਦਾ ਗਾ, ਗੱਲ ਇਹ ਹੋ ਰਹੀ। ਹੁਣ ਇੱਧਰ ਇੱਕ ਗੱਲ ਹੋ ਰਿਹਾ ਕਿ ਇਹ ਵੀ ਸਫਾਈ ਚਾਹੀਦੀ ਹੈ ਕਿ ਜੀ ਯਾਰ ਕਿ ਲੱਖਾਂ ਬਈਆਂ ਦੇ ਮਗਰ ਪਿਆ ਹੋਇਆ, ਬਈਆਂ ਨੂੰ ਭਜਾ ਕੇ ਮੰਨੋ, ਇਹਦੇ ਇੱਥੇ ਕੀ ਕਹੋਗੇ? ਇੱਥੇ ਲੱਖੇ ਦੇ ਜਿਹੜੇ ਬਿਆਨ ਆ ਉਹਦੇ ਨਾਲ ਅਸੀਂ ਸਹਿਮਤ ਹਾਂ, ਜਿਵੇਂ ਲੱਖਾਂ ਕਹਿ ਰਿਹਾ ਹੈਗਾ ਇਹਦੇ 'ਤੇ ਅਸੀਂ ਹੁਣ ਕੀ ਬੋਲਣਾ? ਉਹ ਰੋਜ਼ ਹੀ ਸਪਸ਼ਟ ਰੂਪ 'ਚ ਦੱਸ ਰਿਹਾ ਹੈਗਾ ਵੀ ਸਾਡੇ ਮੁੰਡਿਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਠੀਕ ਹੈ, ਉਹ ਸਾਨੂੰ ਤੰਗ ਕਰ ਰਹੇ ਆ, ਉਹ ਇੰਨਾ ਕੁ ਗੰਦ ਪਾ ਰਹੇ ਆ, ਪੰਜਾਬ ਦੇ ਲੋਕ ਆਪ ਵੀਡੀਓ ਪਾਉਣ ਲੱਗ ਗਏ, ਲੱਖੇ ਦੀ ਲੋੜ ਹੀ ਨਹੀਂ। ਗੱਲ ਇਹ ਆ ਬਾਈ, ਜਿਹੜੇ ਸਾਡੇ ਮੁੰਡੇ ਆ ਉਹ ਵਿਹਲੇ ਤੁਰੇ ਫਿਰਦੇ ਆ ਟੂਲ ਪਲਾਜੇ ਦੀ ਭਈਏ, ਫੈਕਟਰੀਆਂ 'ਚ ਭਈਏ, ਪਾਣੀ ਗੰਦਾ ਫੈਕਟਰੀ ਦਾ ਸਾਡੀ ਧਰਤੀ 'ਚ ਜਾ ਰਿਹਾ, ਪਾਣੀ ਸਾਡਾ ਗੰਦਾ ਹੋ ਰਿਹਾ, ਤੇ ਜੋਬ ਮਿਲ ਰਹੀ ਆ ਬਾਹਰਲਿਆਂ ਨੂੰ, ਸਾਡਿਆਂ ਨੂੰ ਤਾਂ ਮਿਲ ਨਹੀਂ ਰਹੀ, ਤੇ ਫਿਰ ਅਸੀਂ ਆਪਦੇ ਬੰਦਿਆਂ ਨਾਲ ਖੜਾਂਗੇ? ਲੱਖਾ ਕਿਹੜਾ ਅੱਜ ਤੋਂ ਖੜਦਾ, ਸ਼ੁਰੂ ਤੋਂ ਆਪਦੇ ਬੰਦਿਆਂ ਨਾਲ ਖੜਾ, ਉਹਨੇ ਕਦੇ ਨਫਾ ਨੁਕਸਾਨ ਜਾਂ ਵੋਟ ਦੀ ਤਾਂ ਰਾਜਨੀਤੀ ਕਰੀ ਨਹੀਂ, ਉਹਨੇ ਤਾਂ ਆਪਦੇ ਬੰਦਿਆਂ ਨੇ ਜਿੱਥੇ ਦੁੱਖ ਖੜ ਜਾਣਾ ਆ ਕੇ। ਠੀਕ ਆ, ਹੁਣ ਲੱਖਾ ਸਿੱਖਾਂ ਨਾਲ ਖੜਾ ਕਿ ਪੰਜਾਬੀਆਂ ਨਾਲ ਖੜਾ? ਸਭ ਨਾਲ ਹੀ ਖੜਾ ਗਾ, ਲੱਖਾ ਖੜਾ ਕਿੱਥੇ ਨਹੀਂ, ਇੱਥੇ ਹਿੰਦੂ ਸਿੱਖ ਪੰਜਾਬੀ ਉਹ ਸਾਰੀਆਂ ਗੱਲਾਂ ਤੂੰ ਸਾਈਡ 'ਤੇ ਕਰ, ਖੜਾ ਕਿੱਥੇ ਨਹੀਂ, ਲੱਖਾ ਕਿਹੜੀ ਮੁਸੀਬਤ 'ਚ ਨਹੀਂ ਖੜਾ, ਕਿੱਥੇ ਖੜਾ ਨਹੀਂ, ਬਸ ਇਹ ਗੱਲ ਦਾ ਜਵਾਬ ਦੇ ਦਿਓ ਮੈਨੂੰ। 12 ਸਾਲ ਹੋ ਗਏ, 13 ਸਾਲ ਲੜੀ ਜਾਂਦੇ ਨੇ,
ਤੁਸੀਂ ਐਂ ਕਰੋ ਇੱਕ ਬੋਲ 'ਤੇ ਭੱਜੇ ਹੀ ਆਉਂਦਾ ਗਾ, ਹੋਰ ਲੀਡਰ ਆ ਜਿਹੜੇ ਕੋਈ ਦਿਸਦਾ ਗਾ, ਲੱਖਾਂ ਵਾਲਾ ਤੈਨੂੰ ਮੈਂ ਇੱਕ ਹੋਰ ਗਰੰਟੀ ਦਿੰਦਾ ਇੱਥੇ ਖੜ ਕੇ ਹੀ, ਜਿਵੇਂ ਉਹ ਕੇਜਰੀਵਾਲ ਤਾਂ ਗੱਪ ਮਾਰ ਕੇ ਗਿਆ ਸੀ ਗਰੰਟੀਆਂ ਦੇ, ਅਸੀਂ ਸੱਚੀਆਂ ਗਰੰਟੀਆਂ ਦਿੰਦੇ ਹਾਂ, ਲੱਖਾਂ ਜਿੱਤੇ ਹਰੇ ਉਹ ਗੱਲ ਪਰਮਾਤਮਾ ਦੇ ਸਿਰ 'ਤੇ ਆ, ਪਹਿਲੀ ਗੱਲ ਤਾਂ ਬਾਬਾ ਮਿਹਰ ਕਰੂ ਜਿੱਤੂਗੀ, ਅਤੇ ਲੱਖਾਂ ਤੈਨੂੰ ਬੂਟੇ ਲਾਉਂਦੇ ਹੀ ਮਿਲਣਾ। ਆ ਪਰਸੋਂ ਚੌਥੀ ਕਹੀ ਜਾਂਦਾ ਸੀ, ਕਹਿੰਦਾ ਯਾਰ ਇਲੈਕਸ਼ਨਾਂ ਦਾ ਕੰਮ ਨਿਬੜੇ, ਕਹਿੰਦਾ ਮੇਰੇ ਤਾਂ ਬੂਟੇ ਮੱਚ ਗਏ, ਮੇਰੇ ਤਾਂ ਕਹਿੰਦਾ 15 ਕਿੱਲੇ ਲਾਏ ਹੋਏ ਆ ਅੱਡ ਅੱਡ ਸਾਂਭਲਾ ਅੱਟਾਂ 'ਚ ਜਿਹੜੇ ਹੈਗੇ ਆ ਲੋਕਾਂ ਨੇ ਪਿੰਡਾਂ 'ਚ ਲਵਾਏ ਆ, ਅਤੇ ਕਹਿੰਦਾ ਮੇਰੇ ਤਾਂ ਉਹ ਮੱਚੀ ਜਾਂਦੇ, ਤੈਨੂੰ ਉੱਥੇ ਹੀ ਮਿਲਣਾ ਉਹਨੇ। ਹਾਂ ਜਿੱਤ ਗਿਆ ਬਾਈ, ਜੇ ਮੰਨ ਲਾ ਹੁਣ ਲੋਕਾਂ ਦਾ ਇਹ ਕਹਿਣਾ ਕਿ ਲੱਖਾਂ ਜਿੱਤਣ ਤੋਂ ਬਾਅਦ ਜੇ ਨਾ ਮਿਲਿਆ ਬਾਕੀ ਲੀਡਰਾਂ ਵਰਗਾ ਬਣ ਗਿਆ, ਜ਼ਿੰਮੇਵਾਰੀ ਤੇਰੀ? ਲੱਖਾਂ ਲੱਗਦਾ ਜਿੱਥੇ ਦੁੱਖ ਉੱਥੇ ਤਾਂ ਲੱਖੇ ਨੇ ਜਾਣਾ ਹੀ ਹੈ, ਗੱਲ ਤਾਂ ਇਹ ਵੀ ਜੇ ਇਹਨੂੰ ਕੰਮ ਹੈ ਸਧਾਣੇ ਜਾਊ, ਇਹਨੂੰ ਮਿਲੂ ਨੀ ਕਹਿਣੇ ਇਹ ਵੀ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਜਾਂ ਪਹਿਲਾਂ ਵਾਲੀਆਂ, ਚਲੋ ਉਹਨਾਂ ਨੇ ਜਿਹੜਾ ਕੁਛ ਕੀਤਾ, ਮੌਕੇ ਦੀ ਜਿਹੜੀ ਗੌਰਮੈਂਟ ਆ ਇਹਨੇ ਤਾਂ ਨਸ਼ੇ ਦਾ ਮੁੱਦਾ ਹੀ ਗਾਇਬ ਕਰਤਾ, ਲੱਖਾਂ ਸਧਾਣਾ ਨਸ਼ੇ ਦਾ ਮੁੱਦਾ ਚੱਕਦਾ ਕਿ ਨਹੀਂ ਤੁਸੀਂ ਦੱਸੋ? ਨਸ਼ੇ ਦਾ ਮੁੱਦਾ ਪੰਜਾਬ ਸਭ ਤੋਂ ਵੱਡਾ ਹੈ, ਠੀਕ ਹੈ ਜੀ, ਉਹ ਚੱਕਦਾ ਕਿ ਨਹੀਂ ਚੱਕਦਾ? ਠੀਕ ਹੈ, ਫਿਰ ਅਸੀਂ ਉਹਦੇ ਨਾਲ ਹੀ ਹੋਵਾਂਗੇ ਜਿਹੜਾ ਸਾਡੇ ਮੁੱਦੇ ਚੱਕੂਗਾ। ਚੋਣ 'ਚ ਐਤਕੀ ਮੁੱਦਾ ਕੀ ਗਲੀਆਂ, ਚੋਣ 'ਚ ਮੁੱਦਾ ਇਹਨਾਂ ਦਾ ਸਾਰੀਆਂ ਪਾਰਟੀਆਂ ਦਾ ਕੀ ਗਲੀਆਂ, ਜਾਂ ਹਸਾਉਣਾ ਜਾਂ ਬੇਕਾਰ ਮੁੱਦੇ, ਲੱਖੇ ਦੇ ਮੁੱਦੇ ਪਾਣੀ ਬੋਲੀ ਚਿੱਟਾ ਇਹ ਮੁੱਦੇ ਲੱਖੇ। ਫਿਰ ਮੇਰੀ ਗੱਲ ਸੁਣੋ ਭਰਾ, ਆਪਣੇ ਬਿੱਟੂ ਹੈ ਲੁਧਿਆਣੇ ਵਾਲਾ, ਹੰਸ ਰਾਜ ਹੰਸ ਹੈ ਇੱਥੋਂ ਤੱਕ ਕਿ ਅਮਿਤ ਸ਼ਾਹ ਆਪਣਾ ਗ੍ਰਹਿ ਮੰਤਰੀ ਲਾ ਲਓ, ਉਹ ਇਹ ਕਹਿੰਦੇ ਹੈਗੇ, ਇਹ ਕਹਿੰਦਾ ਮੈਂ ਹੰਸ ਰਾਜ ਕਹਿੰਦਾ 2 ਤਰੀਕ ਨੂੰ ਵੋਟਾਂ ਤੋਂ ਬਾਅਦ ਤੁਹਾਨੂੰ ਦੇਖੂ, ਉਹ ਕਹਿੰਦਾ ਮੈਂ ਵੋਟਾਂ ਤੋਂ ਬਾਅਦ ਤੁਹਾਨੂੰ ਡਿਗਰੀ ਕਾਰਡ ਭੇਜ ਕੇ ਦਿਖਾਊਂਗਾ। ਅਮਿਤ ਸ਼ਾਹ ਜੀ ਕਹਿੰਦੇ ਆ, ਕਹਿੰਦੇ ਮੈਂ ਤਾਂ ਕਾਤਲਾਂ ਨੂੰ ਛੱਡਦਾ ਹੀ ਨਹੀਂ, ਚਲੋ ਤੁਸੀਂ ਕਹਿ ਦਿੰਦੇ ਹੋ ਹਰੇਕ ਬੰਦਾ, ਤੁਸੀਂ ਪੰਜਾਬ 'ਚ ਆ ਕੇ ਸਿੱਖਾਂ ਦੇ ਮੂੰਹ 'ਚ ਤੁਸੀਂ ਮੈਕ ਸੁਣ ਦਿੰਦੇ ਹੋ, ਵੀ ਤੁਸੀਂ ਸੰਵਿਧਾਨ ਨੂੰ ਮੰਨਦੇ ਹੋ ਕਿ ਨਹੀਂ, ਤੁਸੀਂ ਇਹ ਦੱਸੋ ਇਹ ਸੰਵਿਧਾਨ ਨੂੰ ਮੰਨਦੇ ਆ? ਸੰਵਿਧਾਨ ਨੂੰ ਇਹ ਮੰਨਦਾ ਤੇ ਗੱਲ ਕਰਨ ਲਈ ਵੀ ਸੰਵਿਧਾਨ ਦੇ ਹਿਸਾਬ ਨਾਲ ਜਿਹੜਾ ਕਸੂਰ ਇੰਡੀਆ 'ਚ ਉਹ ਹੋਊਗਾ। ਬਿਲਕੁਲ, ਫਿਰ ਇਹ ਜਿਹੜਾ ਬਿੱਟੂ ਹੈ ਜਾਂ ਮੰਨ ਕੇ ਹੰਸ ਰਾਜ ਇਹ ਕਿਸ ਬੇਸ 'ਤੇ ਗੱਲ ਕਰਦੇ ਆ, ਇਹ ਸੰਵਿਧਾਨ ਨੂੰ ਮੰਨਦੇ ਆ? ਇਹ ਗੱਲਾਂ ਦੇ ਸਵਾਲ ਪੁੱਛਦੇ ਅਸੀਂ ਦੱਸਣੇ। ਸੋ ਬਾਈ ਤਾਂ ਹੀ ਤਾਂ ਹੁਣ ਵਿਰੋਧ ਹੋ ਜਾਂਦਾ, ਐਕਚੁਅਲੀ ਹੰਸ ਦਾ ਕਿੰਨਾ ਵਿਰੋਧ ਹੋਇਆ ਜੇ ਆਪਾਂ ਦੇਖੀਏ? ਉਹ ਵਿਰੋਧ ਨਹੀਂ ਜੀ ਹੋਇਆ, ਉਹ ਜਿਹੜੀਆਂ ਕਿਸਾਨ ਯੂਨੀਅਨ ਨੇ ਸੀ, ਦੇਖੋ ਸਾਡਾ ਤਾਂ ਵਾਹ ਵਾਸਤਾ ਹੈ ਨਹੀਂ ਕਿਸਾਨ ਯੂਨੀਅਨ ਨਾਲ, ਪਰ ਜਿਹੜੀਆਂ ਕਿਸਾਨ ਯੂਨੀਅਨ ਨੇ ਸੀ ਉਹਨਾਂ ਨੇ ਇੱਕ ਮੰਨ ਕੇ ਚਲੋ ਇੱਕ ਪ੍ਰੋਗਰਾਮ ਉਲੀਕੇ ਸੀ ਵੀ ਜਿੱਥੇ ਇਹਨਾਂ ਦੇ ਬੰਦੇ ਆਉਂਦੇ ਆਪਾਂ ਸਵਾਲ ਪੁੱਛਣੇ ਆਉਂਦਾ, ਉਹਨੂੰ ਸਵਾਲ ਪੁੱਛਣ ਤੁਸੀਂ ਵਿਰੋਧ ਕਹਿਣ ਲੋਕ ਕੁਛ ਕਹਿਣ ਲਓ, ਪਰ ਉਹਦੇ ਨਾਲ ਮੰਨ ਕੇ ਚਲੋ ਕਿਸੇ ਨੇ ਸਵਾਲ ਪੁੱਛ ਲਿਆ, ਉਹਨੂੰ ਇਹ ਕਹਿ ਦੇਣ ਵਾਲੇ ਵੀ ਅਸੀਂ ਤਾਂ ਤੁਹਾਨੂੰ 2 ਤਰੀਕ ਤੋਂ ਬਾਅਦ ਦੇਖਾਂਗੇ। ਸਾਰੀ ਸਾਰੀ ਸਾਡੇ ਕੀਤੀ ਆ 22 ਲੱਖ ਰੁਪਏ ਪਹੁੰਚ ਰਿਹਾ ਆਪਣਾ ਜਿਹੜੇ ਜਿਹੜੇ
ਬੀਆਂ ਦੇ ਉੱਤੇ ਕਿਸੇ ਦੇ ਬਾਅਦ ਬ੍ਰੇਕ ਮੋੜ ਲੱਗੇ ਦੋ ਮੁੰਡੇ ਚਾ ਕੇ ਖਾ ਲਓ ਬੰਨ ਕੇ ਚਲ ਕੇ ਕਰ ਦੇਣਾ ਇਹ ਨਾ ਕਿਸੇ ਜੁੜੀਆਂ ਨਾ ਜਾਂਦਾ ਸੌਰੀ ਇਹੋ ਜੀ ਜਾਂ ਨੂੰ ਕੁਛ ਵੀ ਦੇਖਣਾ ਇਸ ਲਈ ਇੱਕ ਚੀਜ਼ ਹੋਰ ਧਿਆਨ ਦਿਓ ਸਾਰੇ ਗੱਡੀਆਂ ਦੇ ਵੀਰ ਮੋਟਰਸਾਈਕਲ ਦੇ ਵੀਰ ਟਰੈਕਟਰ ਵਾਲੇ ਵੀਰ ਵੀ ਜਿਹੜੇ ਗੱਡੀਆਂ ਤੇ ਝੰਡੇ ਨਹੀਂ ਲੱਗੇ ਆਪਦੀਆਂ ਗੱਡੀਆਂ ਤੇ ਝੰਡੇ ਝੁੰਡੇ ਟੈਗ ਕਰ ਲਓ ਤੇ ਜਿਹੜਾ ਨਹੀਂ ਲੱਗਿਆ ਜ਼ਰੂਰ ਬੰਨ ਲਓ ਝੰਡੇ ਵਾਲੀ ਗੱਡੀ ਨੂੰ ਬੇਇੱਜ਼ਤੀ ਹੋ ਗਈ ਹੈ ਬਈ ਪਰਲੇ ਪਰਲੇ ਲੈ ਕੇ ਆਓ ਭਾਈ ਦੱਸ 5 ਮਿੰਟ ਦੇ ਯਾਰ ਮਾੜਾ ਜਾਨ ਪੰਜਾਬ ਚ ਜਦੋਂ ਨਸ਼ਿਆਂ ਦੀ ਡਿਮਾਂਡ ਆ ਫਿਰ ਨਸ਼ੇ ਤਾਂ ਵਿਕਣਗੇ ਬਿਲਕੁਲ ਮੰਨ ਲਓ ਕਹਿਤਾ ਬਾਕੀ ਗੱਲ ਵੀਰ ਜੀ ਮੰਨ ਕੇ ਚਲੋ 17 ਤਰੀਕ ਨੂੰ ਭਾਈ ਸਾਹਿਬ ਨੂੰ ਇਹ ਮੰਨ ਕੇ ਚਲੋ ਘੇਰਦੇ ਆ ਜਦੋਂ ਚੌ ਪਿੰਡ ਹੋਣਾ 17 ਤਰੀਕ ਨੂੰ 17 ਤਰੀਕ ਨੂੰ ਘੇਰ ਕੇ 20-22 ਤਰੀਕ ਤੱਕ ਜਾਣਗੇ 5 ਦਿਨਾਂ ਦੇ ਵਿੱਚ 5000 ਮੁੰਡਾ ਪੰਜਾਬ ਚੋਂ ਡਿਟੇਨ ਕਰਦੀ ਹੈ ਠੀਕ ਹੈ ਪੰਜਾਬ ਪੁਲਿਸ ਜਿਹਦੇ ਵਿੱਚ ਉਹਦਾ ਨਾਂ ਵਗੈਰਾ ਫੋਨ ਨੰਬਰ ਕਿੱਥੋਂ ਦਾ ਨਹੀਂ ਕੀ ਉਹਨੇ ਕੀਤਾ ਅੰਮ੍ਰਿਤਪਾਲ ਕੋਲ ਕਿਉਂ ਜਾਂਦਾ ਸੀ ਕਿਹੜੇ ਕਿਹੜੇ ਬੰਦੇ 5000 ਬੰਦਾ 5 ਦਿਨਾਂ 'ਚ ਡਿਟੇਨ ਕਰ ਸਕਦੀ ਹੈ ਪੰਜਾਬ ਪੁਲਿਸ ਲਾ ਲਓ ਜਾਂ ਸਰਕਾਰ ਲਾ ਲਓ ਠੀਕ ਹੈ ਤੇ ਕੀ ਨਸ਼ੇ ਵਾਲੇ ਨੇ ਡਿਟੇਨ ਕਰ ਸਕਦੀ ਵੀ ਇਹ ਸਾਡੇ ਸਵਾਲ ਅਸੀਂ ਸਵਾਲ ਪੁੱਛਦੇ ਆ ਇਹ ਟੌਪਿਕ ਬਹੁਤ ਲੰਬਾ ਹੈ ਜੇ ਆਪਾਂ ਰੈਲੀ ਤੇ ਆ ਵੈਸੇ ਇੱਕ ਆਪਾਂ ਬਾਅਦ ਚ ਇਹਦੇ ਤੇ ਗੱਲ ਕਰਾਂਗੇ ਅਲੱਗ ਤੁਹਾਡੇ ਨਾਲ ਗੱਲ ਕਰਾਂਗੇ ਪਰ ਮੈਂ ਆ ਸਵਾਲ ਇਹਦੇ ਬਾਰੇ ਸੋਚਿਆ ਹੈ ਜਰਾ ਠੀਕ ਹੈ ਸਾਰੇ ਆਪਾਂ ਸੋਚੀਏ ਮੰਨ ਲਓ ਅੱਜ ਸਰਕਾਰ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਨੂੰ ਬੰਦ ਨਹੀਂ ਕਰਨਾ ਚਾਹੀਦਾ ਮੈਂ ਨਸ਼ਾ ਦੇ ਪੂਰਾ ਖਿਲਾਫ ਹਾਂ ਠੀਕ ਹੈ ਲੇਕਿਨ ਮੈਂ ਇੱਕ ਗੱਲ ਪੁੱਛਦਾ ਕਿ ਨਸ਼ੇ ਬੰਦ ਕਰਨਾ ਅੱਜ ਕੋਈ ਹੱਲ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਸੱਚਾਈ ਦੱਸਦਾ ਠੀਕ ਹੈ ਬੰਦ ਕਰਨਾ ਨਹੀਂ ਉਦੋਂ ਪਹਿਲਾਂ ਰੀਹੈਬਿਲੀਟੇਸ਼ਨ ਸੈਂਟਰ ਚਾਹੀਦੇ ਨੇ ਨਸ਼ਾ ਅੱਜ ਬੰਦ ਕਰ ਦਿਓ ਸ਼ਾਮੀ ਜਵਾਕ ਸੜਕਾਂ ਤੇ ਪਏ ਹੋਣਗੇ ਭਾਈ ਜੀ ਇੱਥੇ ਸਾਰੇ ਖੜੇ ਆ ਬਾਈ ਜੀ ਕੋਈ ਬੰਦਾ ਮੇਰੀ ਬਾਈ ਜੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਅੱਜ ਤੱਕ ਤੁਸੀਂ ਪੰਜਾਬ ਦੇ ਵਿੱਚ ਇੱਕ ਵੀ ਮੁੰਡਾ ਮੈਨੂੰ ਉਹ ਦਿਖਾ ਦੇ ਜਿਹੜਾ ਨਸ਼ੇ ਤੋਂ ਬਿਨਾਂ ਮਰਿਆ ਹੋਵੇ ਮਰਦਾ ਹੀ ਨਸ਼ੇ ਦੀ ਜਦੋਂ ਨਸ਼ਾ ਬੰਦ ਕਰ ਦਿਓ ਸਾਡੇ ਮਰ ਜਾਣ ਦਿਓ ਯਾਰ।